good morning grade 3 i hope you all are well and fit and fine at your home class aaj de lecture vich assi karange changi aadat da bank exercises sab to pehla bachche se karange shabd that haan ji shabdarth vich sab to pehla hai tikana tikana second hai sahi tha tikana sahi tha phir next hai bachche khana tha almari di tha theek hai bachche laundry वाले कपड़े लांडरी धोन वाले कपड़े निश्चित निश्चित नैक्सट है दुरवरतों भाव गलत वरतो दुरवरतो गलत वरतो नैक्सट बच्चे हूँ है खाली थावा भरो चंगी चंकी माड़ी दो में बच्चे शब्द चो एक शब्द लिखना है सफाई की आदत एक डैश आदत है कि आदत है चंकी आदत है ठीक है बच्चे स्कूल तो घर आके कपड़े ना बदलना एक बच्चे केड़ी आदत है माड़ी आदत है नैक्स गल मनना एक डैश आदत है बच्चे वाली गल मनना एक केड़ी आदत है चंकी आदत है ਜਾਨਵਰਾਂ ਨੂੰ ਤੰਗ ਕਰਨਾ ਇੱਕ ਡੈਸ਼ ਆਦਤ ਹੈ ਬੱਚੇ ਜਾਨਵਰਾਂ ਨੂੰ ਅਸੀਂ ਤੰਗ ਕਰਦੇ ਹਾਂ ਤੇ ਉਹ ਕਿਹੜੀ ਆਦਤ ਹੈ ਉਹ ਬੱਚੇ ਮਾੜੀ ਆਦਤ ਹੈ ਪੜਨ ਵੇਲੇ ਪੜਨਾ ਖੇਡਣ ਵੇਲੇ ਖੇਡਣਾ ਇੱਕ ਚੰਗੀ ਆਦਤ ਹੈ ਠੀਕ ਹੈ ਬੱਚੇ ਇਹਨਾਂ ਨੂੰ ਤੁਸੀਂ ਧਿਆਨ ਨਾਲ ਬੱਚੇ ਸਮਝੋ ਤੇ ਇਹਨਾਂ ਦੇ ਬਾਰੇ ਜਿਹੜਾ ਹੈ ਤੁਹਾਨੂੰ ਚੰਗੀ ਤਰ੍ਹਾਂ ਗਿਆਨ ਹੋ ਜਾਏਗਾ ਨੈਕਸਟ ਬੱਚੇ ਹੈ ਹੁਣ ਅਸੀਂ ਕਾਲੀ ਥਾਂ 'ਤੇ ਲਿਖਣੀ ਹੈ ਐਮਸੀਕਿਊਜ਼ ਲਾਈਕ ਤੁਹਾਨੂੰ ਚਾਰ ਉੱਤਰ ਦਿੱਤੇ ਹੋਣਗੇ ਉਹਨਾਂ ਉੱਤਰਾਂ ਦੇ ਵਿੱਚੋਂ ਤੁਸੀਂ ਉਹ ਇੱਕ ਉੱਤਰ ਦੀ ਚੋਣ ਕਰਨੀ ਹੈ ਠੀਕ ਹੈ ਬੱਚੇ ਉਹ ਦੇ ਵਿੱਚ ਸਭ ਤੋਂ ਪਹਿਲੋਂ ਹੈ ਸਕੂਲੋਂ ਘਰ ਆ ਕੇ ਯੂਨੀਫਾਰਮ ਬਦਲਨੀ ਚਾਹੀਦੀ ਹੈ ਸਕੂਲੋਂ ਘਰ ਆ ਕੇ ਕੀ ਬਦਲਣਾ ਚਾਹੀਦਾ ਹੈ ਯੂਨੀਫਾਰਮ ਠੀਕ ਹੈ ਜੀ ਕੁਝ ਖਾਂ ਤੋਂ ਪਹਿਲਾਂ ਡੈਸ਼ ਚੰਗੀ ਆਦਤ ਹੈ ਹੱਥ ਧੋਣਾ ਕੁਝ ਖਾਂ ਤੋਂ ਪਹਿਲੋ ਹੱਥ ਡੈਸ਼ ਚੰਗੀ ਆਦਤ ਹੈ ਹੱਥ ਧੋਣਾ ਠੀਕ ਹੈ ਜੀ ਸੌਣ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਸੌਣ ਤੋਂ ਪਹਿਲੋ ਸਾਨੂੰ ਬਰਸ਼ ਕਰਨ ਦੀ ਆਦਤ ਪਾਣੀ ਚਾਹੀਦੀ ਹੈ ਹਾਂਜੀ ਬੱਚੀ ਅੱਗੇ ਅਸੀਂ ਕਰਨੇ ਨੇ ਮਿਲਾਨ ਮਿਲਾਨ ਦੇ ਵਿੱਚ ਸਭ ਤੋਂ ਪਹਿਲੋ ਹੈ ਕਿਤਾਬਾਂ ਕਿਤਾਬਾਂ ਪਾਉ ਵਸਤੇ ਵਿੱਚ ਕਿਤਾਬਾਂ ਭਾਵ ਬਸਤੇ ਵਿੱਚ ਉਸ ਤੋਂ ਬਾਅਦ ਮੈਲੇ ਕੱਪੜੇ ਬੱਚੇ ਸੀ ਕਿੱਥੇ ਕਿੱਥੇ ਕਿਹੜੀ ਕਿਹੜੀ ਵਸਤਾਂ ਨੂੰ ਕਿਹੜੀ ਚੀਜ਼ ਨੂੰ ਕਿੱਥੇ ਰੱਖਦੇ ਹਨ ਹੁਣ ਮੈਲੇ ਕੱਪੜੇ ਹੋ ਗਏ ਸੀ ਲਾਂਡਰੀ ਵਾਲੀ ਟੋਕਰੀ ਸੀ ਉਹ ਬੱਚਾ ਰੱਖਦਾ ਸੀ ਨਾ ਲਾਂਡਰੀ ਵਾਲੀ ਕੱਪੜੀ ਟੋਕਰੀ ਦੇ ਵਿੱਚ ਜਿੱਥੇ ਆਪਾਂ ਕੱਪੜੇ ਧੋਣੇ ਹੁੰਦੇ ਹਨ ਹਾਂਜੀ ਕੂੜਾ ਕਟ ਕੂੜੇਦਾਨ ਵਿੱਚ ਕੂੜਾ ਕਟ ਕਟ ਕੂੜੇਦਾਨ ਵਿੱਚ ਨੈਕਸਟ ਹੈ ਬੂਟ जुतियां रखन वाली था ऊपर, बूट जुतियां रखन वाली था ऊपर। नैक्सट है ठीक है सिराने। उपर, सिराने बच्चे हूं असी बच्चे अगला क्वेश्चन करेंगे केड़िया आदतों नु चंग आदत कहा जाता है किड़िया आदत चंग आदत किया जाता है ਬੱਚੇ ਤੁਹਾਨੂੰ ਇਹਦੇ ਵਿੱਚ ਮੈਂ ਤੁਹਾਨੂੰ ਗੱਲ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਜਿਹੜੀਆਂ ਆਤਾਂ ਸਾਰਿਆਂ ਨੂੰ ਚੰਗੀਆਂ ਲੱਗਣ ਉਹਨਾਂ ਨੂੰ ਚੰਗੀਆਂ ਆਤਾਂ ਕਿਹਾ ਜਾਂਦਾ ਹੈ ਤੁਹਾਡੀ ਪਹਿਲੀ ਹੀ ਲਾਈਨ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਨੈਕਸਟ ਬੱਚੇ ਕੋਈ 4 ਚੰਗੀਆਂ ਆਤਾਂ ਦੱਸੋ ਕੋਈ 2 ਚੰਗੀਆਂ ਆਤਾਂ ਦੱਸੋ ਕੋਈ ਦੋ ਚੰਗੀਆਂ ਆਤਾ ਹਾਂਜੀ ਸਭ ਤੋਂ ਵੱਧ ਸਾਨੂੰ ਬਰਸ਼ ਹੀ ਕਰਨਾ ਚਾਹੀਦਾ ਹੈ ਠੀਕ ਹੈ ਨਾ ਸੌਣ ਤੋਂ ਪਹਿਲੋਂ ਹੋਵੇ ਜਾਂ ਸੌਣ ਤੋਂ ਬਾਅਦ ਹੋਵੇ ਉੱਠ ਕੇ ਸਵੇਰੇ ਉੱਠ ਕੇ ਬਰਸ਼ ਕਰਨਾ ਚਾਹੀਦਾ ਹੈ ਵੱਡੀਆਂ ਦੀ ਗੱਲ ਮੰਨੀ ਚਾਹੀਦੀ ਆਪਣੇ ਸਦਾ ਹੱਥ ਧੋਣੇ ਚਾਹੀਦੇ ਹਨ ਠੀਕ ਹੈ ਜੀ ਸਮੇਂ ਸਿਰ ਨਹਾਉਣਾ ਸਕੂਲ ਜਾਣਾ ਚਾਹੀਦਾ ਨਾ ਹੋਣਾ ਚਾਹੀਦਾ ਕਸਰਤ ਕਰਨੀ ਚਾਹੀਦੀ ਸਾਰੀਆਂ ਚੰਗੀਆਂ ਆਤਾ ਤੁਸੀਂ ਕੋਈ ਵੀ ਦੋ ਲਿਖ ਲੈਣਾ ਉਸ ਤੋਂ ਬਾਅਦ ਕੋਈ ਤਿੰਨ ਮਾੜੀਆਂ ਆਤਾ ਵੱਡੀਆਂ ਦੀ ਗੱਲ ਨਾ ਮੰਨਾ ਬੱਚੇ ਸਭ ਤੋਂ ਵੱਡੀ ਗੰਦੀ ਆ ਜਿੱਤੇ ਜਨਵਰਾਂ ਨੂੰ ਤਾਂ ਕਰਨਾ ਇਹ ਵੀ ਮਾੜੀ ਆ ਦਿੱਥੇ ਠੀਕ ਹੈ ਨਾ ਇੱਕ ਸਮੇਂ ਸਿਰ ਬਰਸ਼ੇ ਨਾ ਕਰਨਾ ਇਹ ਵੀ ਲਿਖ ਲੈਣਾ ਠੀਕ ਹੈ ਬੱਚੇ ਨੈਕਸਟ ਹੈ ਬੱਚੇ ਖਾਲੀ ਥਾਂ ਮਾ ਪਰੋ ਇਹਦੇ ਵਿੱਚ ਸਭ ਤੋਂ ਪਹਿਲਾਂ ਬੱਚੇ ਦੋ ਦੋ ਤੁਹਾਨੂੰ ਦਿੱਤੇ ਗਏ ਹਨ ਨੇ অপਸ਼ਨਸ ਤੁਸੀਂ ਇੱਕ অপਸ਼ਨ ਨੂੰ ਆਪਟ ਕਰਨਾ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਲਿਖਿਆ ਜੋ ਵੱਡੇ ਜੋ ਵੱਡੇ ਕੈਨ ਸਾਨੂੰ ਡੈਸ਼ ਲੈਣਾ ਚਾਹੀਦਾ ਐਸਾ ਨੂੰ ਮੰਨ ਲੈਣਾ ਚਾਹੀਦਾ ਜੂ ਸਾਨੂੰ ਵੱਡੇ ਕਹਿੰਨਾ ਉਹ ਸਾਨੂੰ ਮੰਨ ਲੈਣਾ ਚਾਹੀਦਾ ਹੈ ਉਹਦੇ ਚੀ ਸਾਡੀ ਸਮਝ ਹੈ ਤੇ ਭਲਾਈ ਹੈ ਮੇਰਾ ਡੈਸ਼ ਆਈਸਕ੍ਰੀਮ ਖਾਣ ਨੂੰ ਕਰਦਾ ਹੈ ਮੇਰਾ ਮਨ ਆਈਸਕ੍ਰੀਮ ਖਾਣ ਨੂੰ ਕਰ ਰਿਹਾ ਹੈ ਠੀਕ ਹੈ ਬੱਚੇ ਨੈਕਸਟ ਹੈ ਹੋਲੀ 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 ਚੱਲੋ ਗੱਡੀ ਤੇਜ਼ ਨਹੀਂ ਚਲੋਣੀ ਚਾਹੀਦੀ ਇਹ ਦੱਸਿਆ ਹੈ ਕਿ ਸਾਨੂੰ ਹੌਲੀ ਚੱਲਣਾ ਚਾਹੀਦਾ ਹੈ ਗੱਡੀ ਸਾਨੂੰ ਤੇਜ਼ ਨਹੀਂ ਚਲਾਣੀ ਚਾਹੀਦੀ ਨੈਕਸਟ ਕੱਲ ਸਾਨੂੰ ਹੌਲੀ ਦੀ ਛੁੱਟੀ ਹੈ ਕੱਲ ਸਾਨੂੰ ਹੌਲੀ ਜਿਹੜਾ ਇੱਕ ਤਿਹਾਰ ਹੈ ਸਾਡਾ ਜਿਹੜੇ ਬੱਚੇ ਬੜੇ ਖੁਸ਼ੀ ਦੇ ਨਾਲ ਮਨਾਉਂਦੇ ਹਨ ਕਿ ਸਾਨੂੰ ਕੱਲ ਤਿਹਾਰ ਦੀ ਛੁੱਟੀ ਹੈ ਨੈਕਸਟ ਬੱਚੇ ਤੁਹਾਡਾ ਡੈਸ਼ ਕੀ ਹੈ ਤੁਹਾਡਾ ਨਾਂ ਕੀ ਹੈ ਤੁਹਾਨੂੰ ਪੁੱਛਿਆ ਜਾਂਦਾ ਨਾ ਕਿ ਤੁਹਾਡਾ ਨਾਂ ਕੀ ਹੈ ਨਾ ਨੰਨੇ ਕਿ ਨਾ ਉਤੇ ਬਿੰਦੀ ਲੱਗਣੀ ਹੈ ਫਿਰ ਨਾ ਬਣ ਜਾਂਦਾ ਤੇ ਜਦੋਂ ਮਾੜੇ ਕੰਮ ਵਿੱਚ ਨਾ ਨਾ ਕਰੋ ਮਨਾ ਕਰੋ ਠੀਕ ਹੈ ਮਾੜੇ ਕੰਮ ਨੂੰ ਮਨਾਇਗਾ ਤੋਂ ਨੈਕਸਟ ਬੱਚੇ ਹੁਣ ਅਸੀਂ ਕਰਾਂਗੇ ਵਿਰੋਧੀ ਸ਼ਬਦ ਇਹਦੇ ਵਿੱਚ ਬੱਚੇ ਸਭ ਤੋਂ ਪਹਿਲਾ ਹੈ ਚੰਗੀ ਮਾੜੀ ਚੰਗੀ ਮਾੜੀ ਗੰਦਗੀ ਸਫਾਈ ਗੰਦਗੀ ਸਫਾਈ ਮੈਲਾ ਸਾਫ ਮੈਲਾ ਸਾਫ ਅਸਲੀ ਨਕਲੀ असली नकली सच झूठ सच झूठ दूर नेड़े दूर नेड़े छोटा वड्डा छोटा वड्डा ऊपर हेठा ऊपर हेठा हाँ जी नेक्स्ट बच्चे इसे ही चैप्टर दे फिर तो मलान आ साफ कपड़े लंबा जिराफ खट्टे संतरे खुला मैदान मिठा फल ਮਿੱਠਾ ਸ਼ਹਿਦ ਤਾਜ਼ਾ ਫਲ ਸਮਝ ਲੱਗ ਗਈ ਨਾ ਤੁਹਾਨੂੰ ਇੱਕ ਵਾਰੀ ਆਪਾਂ ਫਿਰ ਤੋਂ ਰਿਵਾਈਜ਼ ਕਰਾਂਗੇ ਇਸ ਨੂੰ ਸਾਫ ਕੱਪੜੇ ਲੰਬਾ ਜਿਰਾਫ ਖੱਟੇ ਸੰਤਰੇ ਖੁੱਲਾ ਮੈਦਾਨ ਮਿੱਠਾ ਸ਼ਹਿਦ ਤਾਜ਼ਾ ਫਲ ਹਾਂਜੀ ਬੱਚੇ ਇੱਕ ਵਾਰ ਫਿਰ ਤੋਂ ਪਲੈਂਕਸ ਓ ਮਾਈ ਗੋਡ ਹਾਂਜੀ ਬੱਚੇ अगला है खाली स्थान जी सब तो पहला मोर डैश पंछी है मोर सोना पंछी है कोयल काली हुंदी है कुत्ता एक पालतू जानवर है कां एक चलाक पक्षी है चिड़ी बड़ी छोटी जी हुंदी है आई होप तुहानू सब नू समझ आ गया होएगा नैक्सट बच्चे हुण असीं करांगे ओ